ਅਸਲਾਮ ਵਾਲੇਕੁਮ ਦੋਸਤੋ, ਉਮੀਦ ਹੈ ਤੁਸੀਂ ਸਾਰੇ ਖਰੇ ਦੇ ਨਾਲ ਹੋਵੋਗੇ। ਅਤੇ ਅੱਜ ਅਸੀਂ ਪਾਉਣ ਲੱਗੇ ਹਾਂ ਪਾਣੀ ਇਹਨਾਂ ਦਰੱਖਤਾਂ ਨੂੰ। ਇਹ ਸਾਡੇ ਕਬਰਸਤਾਨ ਦੇ ਦਰੱਖਤ ਆ, ਅਤੇ ਪੱਖੇ ਦੇ ਨਾਲ ਇਹਨੂੰ ਪਾਣੀ ਲਾਉਣ ਲੱਗੇ ਹਾਂ। ਅਤੇ ਹਰ ਵਾਰੀ ਟੋਬੀ ਭਰ ਕੇ ਇਸ ਤਰ੍ਹਾਂ ਦੀ ਪਾਣੀ ਲਾਈਦਾ ਵਾ ਦਰੱਖਤਾਂ ਨੂੰ, ਤਾਂ ਕਿ ਦਰੱਖਤਾਂ ਨੂੰ ਪਾਣੀ ਜਿਹੜਾ ਮਿਲਦਾ ਰਹੇ ਅਤੇ ਹਰੇ ਹਰੇ ਭਰੇ ਰਹਿਣ। ਇੱਟਾਂ ਲਾਉਣੀਆਂ ਅੱਗੇ ਯਾਰ, ਇਹ ਕੀ ਕਰਨੀ? ਅਤੇ ਟਰੈਕਟਰ ਫੀਐਟ 480, ਉਹਦੇ ਮਗਰ ਪੱਖਾ ਲਾਇਆ 8 ਇੰਚ ਦਾ, ਅਤੇ ਹੁਣ ਉਹਨੂੰ ਸੈੱਟ ਕਰਕੇ ਅਤੇ ਲਾਉਣ ਲੱਗੇ ਹਾਂ। ਹੋਰ ਕਰ ਲਾ ਕਰੀ ਕਾਫੀ ਜ਼ਿਆਦਾ ਦਰੱਖਤ ਹੋ ਚੁੱਕੇ ਲੰਮੇ। ਬਸ ਪੜ ਲਾ, ਸਹੀ ਆ ਪਾਣੀ ਆ ਗਿਆ ਘਰ। ਉਹ ਵੇਖੀ ਉਹ ਕਮਰਾ ਨਾ ਉਹ ਵੀ ਇੰਨਾ ਵੈਸ਼ੇ ਤਰ੍ਹਾਂ ਲੱਗਾ, ਉਹ ਨਹੀਂ ਪਰਾਂ ਹੀ ਹੋਇਆ ਪਰ। ਚੱਲ 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 ਲੈ ਜਾ ਲੈ, ਸਹੀ ਹੈ ਸਹੀ ਹੈ। ਬੜਾ ਮੋਟਾ ਜੀ ਇਹ।